ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਸੁਣਨਾ ਸਟੂਡੈਂਟਸ ਦੀਆਂ ਪੀਪੀਆਰ ਟਾਈਮਲਾਈਨ ਜਿਹੜੀ ਐ ਸ਼ੇਅਰ ਕਰੂੰਗਾ ਜੋ ਕਿ ਮੇਰੇ ਲੱਭਈਆਂ ਨੇ ਗਿਆ ਨੌਨ ਐਸਡੀਐਸ ਦੀਆਂ ਵੀ ਨੇ ਪੀਟੀ ਵਾਲੀਆਂ ਵੀ ਨੇ ਸਾਰੀਆਂ ਸੁਣਨਾ ਸ਼ੇਅਰ ਕਰੂੰਗਾ ਜਿਹੜੀ ਆਪਣੀ ਫਸਟ ਹੈਗੀ ਆ ਇਹ ਪੀਟੀ ਐਗਜ਼ਾਮ ਵਾਲੇ ਦੀ ਹੈਗੀ ਆ ਤੇ ਇਹਨਾਂ ਨੇ ਫਾਈਲ ਆਈਸੀ 4 ਸਤੰਬਰ ਨੂੰ ਬਾਇਓਮੈਟ੍ਰਿਕਸ 6 ਅਕਤੂਬਰ ਨੂੰ ਜਿਹੜੇ ਇਹਨਾਂ ਦੇ ਹੋਏ ਸੀਗੇ ਤੇ ਪੀਪੀਆਰ 26 ਨਵੰਬਰ ਨੂੰ ਮਿਲੀ ਆ ਤਾਂ ਪੀਟੀ ਵਾਲਿਆਂ ਨੂੰ ਵੀ ਜਿਹੜੇ ਵਧੀਆ ਪੀਪੀਆਰ ਉਹਨਾਂ ਦੇ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਜੋ ਕਿ ਇੱਕ ਆਪਾਂ ਕਹਿ ਸਕ ਮੈਡੀਕਲ ਅਪਡੇਟ ਹੋਇਆ ਸੀ 3 ਜੁਲਾਈ ਨੂੰ ਤੇ ਇਸ ਤੋਂ ਬਾਅਦ BBVL ਨੂੰ 11 ਜੁਲਾਈ ਨੂੰ ਮਿਲਿਆ ਤੇ ਰਿਜੈਕਸ਼ਨ 18 ਅਗਸਤ ਨੂੰ ਜਿਹੜੀ ਮਿਲਦੀ ਹੈ ਸੈਕੰਡ ਟਾਈਮ ਜਿਹੜੀ ਫਾਈਲ ਆਈ ਹੈ ਨਾ 24 ਅਗਸਤ ਨੂੰ ਤੇ ਇਸ ਤੋਂ ਬਾਅਦ ਮੈਡੀਕਲ BBVL ਤੇ PPR ਜਿਹੜੀ ਤਿੰਨੋ ਚੀਜ਼ਾਂ ਨੇ 26 ਨੂੰ ਜਿਹੜੀਆਂ ਮਿਲ ਜਾਂਦੀਆਂ ਨੇ ਨਵੰਬਰ ਨੂੰ ਹਨ ਤਾਂ ਆਪਾਂ ਕਹਿ ਸਕਦੇ ਹਾਂ ਕਿ ਰਿਜੈਕਸ਼ਨ ਤੋਂ ਬਾਅਦ ਇਹਨਾਂ ਨੂੰ ਜਿਹਨਾਂ ਦਾ ਰਿਜ਼ਲਟ ਮਿਲਿਆ ਤੇ ਨੈਕਸਟ ਹੈਗੀ ਨਾਨ ਐਸਡੀਐਸ ਦੀ ਹੈਗੀ ਇਹਨਾਂ ਦੀ ਰਿਜੈਕਸ਼ਨ ਆਈ ਹੈ ਕਿ 5.5 ਜਿਹੜੇ ਇਹਨਾਂ ਦਾ ਬੈਂਡ ਸਕੋਰ ਸੀਗੇ ਸਤੰਬਰ 6 ਨੂੰ ਜਿਹੜੀ ਇਹਨਾਂ ਦੀ ਫਾਈਲ ਲੱਗਦੀ ਹੈ ਤੇ ਇਹਨਾਂ ਦੀ ਦੇ ਇਸ ਹਿਸਾਬ ਨਾਲ ਜਿਹੜੀ ਆਪਣੀ ਨੈਕਸਟ ਬੀਪੀਆਰ ਹੈਗੀ ਆ ਇਸ ਦੇ ਵਿੱਚ ਵੀ 5.5 ਬੈਂਡ ਸੀਗੇ ਇੱਕ ਮੋਡਿਊਲ ਦੇ ਵਿੱਚੋਂ 3 ਸਤੰਬਰ ਨੂੰ ਫਾਈਲ ਲੱਗਦੀ ਹੈ 27 ਨਵੰਬਰ ਨੂੰ ਇਹਨਾਂ ਦੀ ਇਹਨਾਂ ਨੂੰ ਰਿਫਿਊਜ਼ਲ ਦੇਖਣ ਨੂੰ ਮਿਲਦੀ ਹੈ ਕਿ ਨੋਨ ਐਸਟੀਐਸ ਦੀ ਜਿਹੜੀ ਰਿਫਿਊਜ਼ਲ ਹੈਗੀ ਆ ਤਾਂ ਪਲੀਜ਼ ਆਪਣੇ ਬੈਂਡ ਸਕੋਰ ਨੂੰ ਇੰਪਰੂਵ ਕਰਕੇ ਇਸ ਤੋਂ ਬਾਅਦ ਆਪਣੀ ਫਾਈਲ ਲਗਾਓ ਜੇਕਰ ਤੁਸੀਂ ਦੁਬਾਰਾ ਲਗਾਉਣਾ ਚਾਹੁੰਦੇ ਹੋਗੇ ਤੇ ਨੈਕਸਟ ਆਪਣੀ ਫਾਈਲ ਹੈਗੀ ਹੈ ਇਹਨਾਂ ਨੇ ਜੁਲਾਈ ਨੂੰ ਮੈਡੀਕਲ ਕਰਾ ਲਿਆ ਸੀਗਾ ਨਾ ਫਾਈਲ ਇਹਨਾਂ ਨੂੰ 18 ਸਤੰਬਰ ਨੂੰ ਲੱਗਿਆ ਬਾਇਓਮੈਟ੍ਰਿਕ ਨੇ 7 ਅਕਤੂਬਰ ਨੂੰ ਹੁੰਦੇ ਨੇ ਮੈਡੀਕਲ ਜਿਹੜਾ ਤੇ ਨੈਕਸਟ ਡੇ ਆਪਾਂ ਗੱਲ ਕਰਦੇ ਇਹਨਾਂ ਨੇ ਅਫਰੰਟ ਮੈਡੀਕਲ ਰਿਪੋਰਟ 29th ਜੂਨ ਨੂੰ ਹੈ ਨਾ ਐਪਲੀਕੇਸ਼ਨ ਨੇ ਸਬਮਿਟ ਹੋਈ 3rd ਜੁਲਾਈ ਨੂੰ ਬਾਇਓਮੈਟ੍ਰਿਕ ਨੇ 22nd ਸੌਰੀ 2nd ਅਗਸਤ ਨੂੰ ਹੁੰਦੇ ਨੇ ਕਿੰਨੇ ਤੋਂ ਬਾਅਦ ਮੈਡੀਕਲ ਅਪਡੇਟ ਹੁੰਦਾ 3rd ਅਗਸਤ ਨੂੰ ਤੇ BBRL ਤੇ PPR 26th ਨਵੰਬਰ ਨੂੰ ਜਿਹੜੀ ਦੇਖਣ ਨੂੰ ਮਿਲ ਜਾਂਦੀ ਹੈਗੀ ਤੇ ਨੈਕਸਟ ਆਪਣੀ ਹੈਗੀ ਹੈ ਇਹ ਵੀ PT ਦਾ ਐਗਜ਼ਾਮ ਨਾਨ ਐਸਟੀਐਸ ਜਿਹੜੀ ਇਹ ਕੈਟਾਗਰੀ ਹੈਗੀ ਹੈ ਇਹਨਾਂ ਨੂੰ PPR 26th ਨਵੰਬਰ ਨੂੰ ਜਿਹੜੀ ਮਿਲਦੀ ਹੈ ਕਿ ਇਹਨਾਂ ਨੇ ਫਾਈਲ ID 4 ਸਤੰਬਰ ਨੂੰ ਜਿਹੜੀ ਲਾਈ ਸੀਗੀ ਤੋਂ ਦੇਖ ਸਕਦੇ ਹੋ PT ਇਹਨਾਂ ਦੇ ਬਹੁਤ ਚੰਗੇ ਰਿਜ਼ ਇਹਨੇ 5.5 ਮੈਂਡ ਵਾਲਿਆਂ ਦੀ ਜਿਹੜੀ ਰਿਫਿਊਜ਼ਲ ਦੇਖਣ ਨੂੰ ਮਿਲ ਰਹੀ ਹੈ ਤੇ ਨੈਕਸਟ ਤੁਸੀਂ ਦੇਖ ਸਕਦੇ ਹੋ ਨਾਲੀ ਪੀਪੀਆਰ 25th ਨਵੰਬਰ ਨੂੰ ਆਈ ਹੈਗੀ ਤਿੰਨ ਦੇ ਫਾਈਲ ਆਈਡੀ 16 ਸਤੰਬਰ ਨੂੰ ਜਿਹੜੀ ਲੱਗਦੀ ਹੈ ਕਿ ਇਹਨਾਂ ਦਾ ਸਾਰੀ ਜਿਹੜੀ ਡਿਟੇਲ ਹੈ ਤੁਸੀਂ ਕਾਲੇਜੀ ਵਿੱਚ ਦੇਖ ਸਕਦੇ ਹੋ ਤਾਂ ਸੋਟਰਾ ਇਹੀ ਪੀਪੀਆ ਟਾਈਮਲਾਈਨ ਸ਼ੇਅਰ ਕਰਨੀ ਸੀ ਗਿਆ ਜੇ ਤੁਹਾਨੂੰ ਵਿੜੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ ਓਕੇ ਜੀ ਥੈਂਕ ਯੂ